ਉਹ ਬਾਜਾਂ ਬਾਲਿਆ ਕੌਣ ਪਲਾ ਸਕਦਾ, ਬਾਜਾਂ ਬਾਲਿਆ ਕੌਣ ਪਲਾ ਸਕਦਾ, ਤੇਰੀਆਂ ਦੁੱਖਾਂ ਭਰੀਆਂ ਕੁਰਬਾਨੀਆਂ ਨੂੰ ਕੀਤਾ ਬਣਜ ਤੂੰ ਧਰਮ ਖਰੀਦ ਲਿਆ, ਦੇ ਕੇ ਲਾਲਾਂ ਦੀਆਂ ਜਿੰਦਗਾਨੀਆਂ ਨੂੰ ਤੇਰੇ ਖੰਡੇ ਨੇ ਜਨਾ ਦੇ ਮੂੰਹ ਮੋੜੇ, ਤੇਰੇ ਖੰਡੇ ਨੇ ਜਨਾ ਦੇ ਮੂੰਹ ਮੋੜੇ, ਅੱਜ ਫਿਰ ਸਾਨੂੰ ਵੰਗਾਰਦੇ ਨੇ ਬਾਜਾਂ ਵਾਲਿਆ, ਬਾਜ ਨੂੰ ਭੇਜ ਮੁੜ ਕੇ ਤਿੱਤਰ ਫੇਰੇ ਉਡਾਰੀਆਂ ਮਾਰਦੇ ਨੇ, ਤਿੱਤਰ ਫੇਰੇ ਉਡਾਰੀਆਂ ਮਾਰਦੇ ਨੇ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀ ਅਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਆਓ ਗੁਰਮੁਖ ਪਿਆਰਿਓ, ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਸਜੀਆਂ ਬੈਠੀਆਂ ਨੇ, ਸਾਰੀਆਂ ਸੰਗਤਾਂ ਆਪਣੇ ਮਨ ਦੀਆਂ ਬਿਰਤੀਆਂ ਗਾਗਰ ਕਰਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧਿਆਨ ਧਰ ਕੇ ਦੋਵੇਂ ਹੱਥ ਜੋੜ ਕੇ ਗੁਰਫਤਿਹ ਬੁਲਾਓ ਜੀ, ਬੋਲੋ ਜੀ ਸਾਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲਿਓ ਗੁਰਮੁਖ ਪਿਆਰਿਓ, ਕਿਉਂਕਿ ਆਪ ਜੀ ਨੂੰ ਪਤਾ ਏ ਜਿਹੜਾ ਅੱਜ ਦਾ ਮੱਸਿਆ ਦਾ ਦਿਹਾੜਾ ਏ, ਇਹ ਸਾਲਾਨਾ ਦਿਹਾੜਾ ਏ ਗੁਰਮੁਖ ਪਿਆਰਿਓ, ਜਿਸ ਕਰਕੇ ਅੱਜ ਇਹ ਜਿਹੜਾ ਦਿਹਾੜਾ ਮੱਸਿਆ ਦਾ, ਅੱਜ ਉਹ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨੂੰ ਅੱਜ ਇੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਕਿਉਂਕਿ ਗੁਰਮੁਖ ਪਿਆਰਿਓ ਸਮਾਂ ਬੜਾ ਸੀਮਤ ਆ। ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਸੰਤ ਬਾਬਾ ਸੁਖਵੀਰ ਸਿੰਘ ਜੀ ਕੰਧੋਲੇ ਵਾਲੇ, ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਏ ਗੁਰਮੁਖ ਪਿਆਰਿਓ, ਇਹ ਕਾਰਜ ਉਹਨਾਂ ਸਿੰਘਾਂ ਸ਼ਹੀਦਾਂ ਦੇ ਪਿਆਰ ਦਾ ਸਦਕਾ, ਉਹਨਾਂ ਦੀ ਕਿਰਪਾ ਦਾ ਸਦਕਾ ਤਾਂ ਹੀ ਕਰਵਾਏ ਜਾਂਦੇ ਨੇ। ਸੋ ਸਮਾਂ 10 ਮਿੰਟ ਦਾ ਏ, ਆਪਾਂ 8 ਕੁ ਮਿੰਟ ਲਾਉਣੇ ਨੇ, ਕਿਉਂਕਿ ਸਾਡੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਪਰਮਜੀਤ ਸਿੰਘ ਜੀ ਢਿੱਡਾ ਸਾਹਿਬ ਵਾਲੇ ਉਹ ਵੀ ਪਹੁੰਚੇ ਨੇ, ਉਹਨਾਂ 'ਤੇ ਆਪਾਂ ਲਾਹਾ ਲੈਣਾ ਕੀਰਤਨ ਦਾ। ਆਓ ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਆਪਾਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਦੀ ਉਰੇ ਕਿਰਪਾ ਏ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਜੀ। ਉਹ ਜਿੰਦ ਧਰਮ ਦੇ ਲੇਖੇ ਲਾ ਚੱਲੇ, ਜਿੰਦ ਧਰਮ ਦੇ ਲੇਖੇ ਲਾ ਚੱਲੇ, ਨਾ ਭੁੱਲਣਾ ਦੁਨੀਆ ਵਾਲਿਓ, ਇਹ ਸਿੱਖੀ ਸਿੰਘ ਸ਼ਹੀਦਾਂ ਦੀ, ਇਹ ਸਿੱਖੀ ਸਿੰਘ ਸ਼ਹੀਦਾਂ ਦੀ, ਨੂੰ ਵਾਂਗ ਪੁੱਤਾਂ ਦੇ ਪਾਲਿਓ, ਤੁਸੀਂ ਰੱਖਿਆ ਕਰ ਮਜ਼ਲੂਮਾਂ ਦੀ, ਤੁਸੀਂ ਰੱਖਿਆ ਕਰ ਮਜ਼ਲੂਮਾਂ ਦੀ, ਸਾਡੀ ਏ ਡੋਰ ਸੰਭਾਲਿਓ, ਬਾਬਾ ਸੋਹਣ ਸਿੰਘ ਸਲਾਣਿਆਂ, ਬਾਬਾ ਸੋਹਣ ਸਿੰਘ ਸਲਾਣਿਆਂ, ਸਾਡੀ ਮੜੀ ਤੇ ਦੀਵਾ ਬਾਲਿਓ, ਚਾਹੇ ਸੋਹਣ ਸਿੰਘ ਸਲਾਣਿਆਂ। ਆਓ ਗੁਰਮੁਖ ਪਿਆਰਿਓ, ਉਹਨਾਂ ਸ਼ਹੀਦਾਂ ਨੂੰ ਆਪਾਂ ਨੇ ਪ੍ਰਣਾਮ ਕਰਿਆ, ਕਿਉਂਕਿ ਪ੍ਰੋਗਰਾਮ ਤਾਂ ਬਣਿਆ ਸੀ ਕਵਿਤਾ ਬੋਲਣ ਦਾ, ਪਰ ਗੁਰਮੁਖ ਪਿਆਰਿਓ ਇਨਸਾਨ ਉਹੀ ਆ
ਜਿਹੜਾ ਸਮੇਂ ਨੂੰ ਮੁੱਖ ਰੱਖ ਕੇ ਚੱਲਦਾ, ਕਿਉਂਕਿ ਸਮਾਂ ਬੜਾ ਸੀਮਤ ਆ। ਅੱਜ ਆਪਾਂ ਇੱਕ ਤੁਹਾਡੇ ਨਾਲ ਛੋਟੀ ਜਿਹੀ ਗੱਲ ਸਾਂਝੀ ਕਰਨ ਲੱਗੇ ਹਾਂ ਉਹਨਾਂ ਵੀਰਾਂ ਵਾਸਤੇ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਗੁਰਮੁਖ ਪਿਆਰਿਓ ਸਾਨੂੰ ਖੰਡੇ ਬਾਟੇ ਦੀ ਦਾਤ ਦੇ ਕੇ ਗਿੱਦੜਾਂ ਤੋਂ ਸ਼ੇਰ ਬਣਾਇਆ। ਪਰ ਗੁਰਮੁਖ ਪਿਆਰਿਓ ਕਈ ਕਹਿੰਦੇ ਨੇ ਨਾ ਜੀ ਸਾਡਾ ਤਾਂ ਮਨ ਸਾਫ਼ ਆ, ਅਸੀਂ ਕੁਛ ਨਹੀਂ ਖਾਂਦੇ, ਕਿਉਂਕਿ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਾਰਾ ਸਰਵੰਸ਼ ਇਸ ਅੰਮ੍ਰਿਤ ਦੇ ਬਦਲੇ ਵਾਰ ਦਿੱਤਾ, ਕੀ ਉਹਨਾਂ ਦਾ ਮਨ ਖਰਾਬ ਸੀ? ਆਓ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਪੀ ਕੇ ਗੁਰਮੁਖ ਪਿਆਰਿਓ ਬੈਰੀਆਂ ਦਾ ਸੋਧਾ ਲਾਇਆ, ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਟੈਂਪਰ ਖੰਡੇ ਬਾਟੇ ਦੀ ਦਿੱਤੀ ਆ। ਸੋ ਆਓ ਕਵਿਤਾ ਬੋਲ ਕੇ ਖਿਮਾ ਦੇ ਜਾ ਚੁਕੋਈਏ ਪਿਆਰ ਦੇ ਨਾਲ। ਉਹ ਬਹੁਤੇ ਬਲੀ ਅਵਤਾਰ ਨੇ ਹੋਏ ਪੈਦਾ, ਬਹੁਤੇ ਬਲੀ ਅਵਤਾਰ ਨੇ ਹੋਏ ਪੈਦਾ, ਲਿਸਟ ਵੇਖੀ ਹੈ ਵੱਡੀਆਂ ਦਾਨੀਆਂ ਦੀ ਬਾਜਾਂ ਵਾਲਿਆ, ਜਦੋਂ ਤੇਰਾ ਨਾਂ ਆਵੇ ਹੱਦ ਮੁੱਕ ਜਾਂਦੀ ਕੁਰਬਾਨੀਆਂ ਦੀ। ਜਿਹਦੀਆਂ ਚਿੜੀਆਂ ਨੇ ਬਾਜਾਂ ਦੇ ਖੰਭ ਤੋੜੇ, ਉਹਦੇ ਸਿੰਘਾਂ ਦੀ ਕਿੱਡੀ ਕ ਸ਼ਾਨ ਹੋਸੀ, ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਆਪ ਕੱਡਾ ਕਪਲਾ ਬਲਬਾਨ ਹੋਸੀ, ਆਪ ਕੱਡਾ ਕਪਲਾ ਬਲਬਾਨ ਹੋਸੀ। ਹੋ ਸਾਨੂੰ ਟੈਂਪਰ ਖੰਡੇ ਬਾਟੇ ਦੀ, ਅਸੀਂ ਜ਼ੁਲਮ ਨੂੰ ਜੜੋਂ ਹਲਾ ਦਿੰਦੇ ਆ, ਅਸੀਂ ਜ਼ੁਲਮ ਨੂੰ ਜੜੋਂ ਹਲਾ ਦਿੰਦੇ ਆ। ਸਾਨੂੰ ਟੈਂਪਰ ਖੰਡੇ ਬਾਟੇ ਦੀ, ਜ਼ੁਲਮ ਨੂੰ ਜੜੋਂ ਮੁਕਾ ਦਿੰਦੇ ਆ, ਸਾਨੂੰ ਟੈਂਪਰ ਖੰਡੇ ਬਾਟੇ ਦੀ, ਅਸੀਂ ਜ਼ੁਲਮ ਨੂੰ ਜੜੋਂ ਮਟਾ ਦਿੰਦੇ ਆ। ਹੋ ਅਸੀਂ ਡਰ ਕੇ ਪਿੱਛੇ ਨਹੀਂ ਮੁੜਦੇ, ਜਦ ਹੱਥ ਦੁਸ਼ਮਣ ਨਾਲ ਜੋੜ ਦਈਏ, ਅਸੀਂ ਭਗਦੇ ਬਹਿਣ ਦਰਿਆਵਾਂ ਦੇ, ਜਦ ਮਰਜ਼ੀ ਪਿੱਛੇ ਮੋੜ ਦਈਏ, ਜਦ ਕਰ ਅਰਦਾਸਾ, ਜਦ ਕਰ ਅਰਦਾਸਾ ਚੜ ਜਾਂਦੇ, ਅਸੀਂ ਅਟਕਾਂ ਨੂੰ ਅਟਕਾ ਦਿੰਨੇ ਆ। ਸਾਨੂੰ ਟੈਂਪਰ ਖੰਡੇ ਬਾਟੇ ਦੀ, ਜ਼ੁਲਮ ਨੂੰ ਜੜੋਂ ਮਕਾ ਦਿੰਨੇ ਆ, ਸਾਨੂੰ ਟੈਂਪਰ ਖੰਡੇ ਬਾਟੇ ਦੀ, ਜ਼ੁਲਮ ਨੂੰ ਜੜੋਂ ਮਕਾ ਦਿੰਨੇ ਆ। ਮਾਦ ਮਸਤ ਬਣਾਏ ਹਾਥੀ ਨੇ, ਜਦ ਹਮਲਾ ਕਰਤਾ ਭਾਰੀ ਸੀ, ਮੇਰੀ ਅੱਗਿਓਂ ਸਿੰਘ 75 ਨੇ ਮੱਥੇ ਵਿੱਚ ਨਾਗਣੀ ਮਾਰੀ ਸੀ, ਲੋਹੇ ਦੇ ਮੋਟੇ, ਲੋਹੇ ਦੇ ਮੋਟੇ ਤਵਿਆਂ ਚੋਂ ਅਸੀਂ ਨੇਜਾ ਪਾਰ ਲੰਘਾ ਦਿੰਨੇ ਆ। ਸਾਨੂੰ ਟੈਂਪਰ ਖੰਡੇ ਬਾਟੇ ਦੀ, ਅਸੀਂ ਜ਼ੁਲਮ ਨੂੰ ਜੜੋਂ ਮਟਾ ਦਿੰਨੇ ਆ, ਉਹ ਟੈਂਪਰ ਖੰਡੇ ਬਾਟੇ ਦੀ, ਅਸੀਂ ਜ਼ੁਲਮ ਨੂੰ ਜੜੋਂ ਮਟਾ ਦਿੰਨੇ ਆ। ਨਾ ਸੁਣ ਕੇ ਜੋਧੇ ਨਲੂਏ ਦਾ ਪਿਆ ਕਾਬਲ ਵੀ ਦਹਿਲਾਂਦਾ ਸੀ, ਯਾਦ ਛੱਡੇ ਕਰੇ ਬੱਬਰਾਂ ਨੇ ਲੰਡਨ ਵੀ ਡੋਲੇ ਖਾਂਦਾ ਸੀ, ਪਰ ਹੱਥ ਜਵਾੜੇ, ਹੱਥ ਜਵਾੜੇ ਸ਼ੇਰਾਂ ਦੇ, ਦੋ ਫਾੜ ਵੀ ਅਸੀਂ ਬਣਾ ਦਿੰਨੇ ਆ। ਸਾਨੂੰ ਟੈਂਪਰ ਖੰਡੇ ਬਾਟੇ ਦੀ, ਅਸੀਂ ਜ਼ੁਲਮ ਨੂੰ ਜੜੋਂ ਮਟਾ ਦਿੰਨੇ ਆ, ਸਾਨੂੰ ਟੈਂਪਰ ਖੰਡੇ ਬਾਟੇ ਦੀ, ਅਸੀਂ ਜ਼ੁਲਮ ਨੂੰ ਜੜੋਂ ਮਟਾ ਦਿੰਨੇ ਆ। ਹੋ ਅਸੀਂ ਟੱਕਰੇ ਖਾਨ ਬਜੀਦੇ ਨੂੰ, ਜੋ ਬੱਬਰ ਸ਼ੇਰ ਕਹਾਉਂਦਾ ਸੀ, ਯਾਦ ਫੜਿਆ ਧੋਣ ਤੋਂ ਪੁੱਤ ਮੇਰਾ ਹੱਥ ਜੋੜ ਵਾਸਤੇ ਪਾਉਂਦਾ ਸੀ, ਅਸੀਂ ਜ਼ੁਲਮ ਕਮਾਉਂਦੇ, ਅਸੀਂ ਜ਼ੁਲਮ ਕਮਾਉਂਦੇ ਹਾਕਮ ਦੀ ਇੱਟ ਨਾਲ ਇੱਟ ਖੜਕਾ ਦਿੰਨੇ ਆ। ਸਾਨੂੰ ਟੈਂਪਰ ਖੰਡੇ ਬਾਟੇ ਦੀ, ਅਸੀਂ ਜ਼ੁਲਮ ਨੂੰ ਜੜੋਂ ਮਟਾ ਦਿੰਨੇ ਆ, ਸਾਨੂੰ ਟੈਂਪਰ ਖੰਡੇ ਬਾਟੇ ਦੀ, ਅਸੀਂ ਜ਼ੁਲਮ ਨੂੰ ਜੜੋਂ ਮਟਾ ਦਿੰਨੇ ਆ। ਨਾ ਜ਼ੁਲਮ ਕਿਸੇ ਤੇ ਕਰਦੇ ਹਾਂ, ਨਾ ਜ਼ੁਲਮ ਕਿਸੇ ਦਾ ਜਰਦੇ ਹਾਂ,
ਅਸੀਂ ਡਰਾਬੇ ਦਿੰਦੇ ਆ, ਨਾ ਅਸੀਂ ਕਿਸੇ ਤੋਂ ਡਰਦੇ ਆ। ਪਰ ਸਮਲੇ ਕੌਮ, ਸਮਲੇ ਕੌਮ ਗਦਾਰਾਂ ਨੂੰ ਅਸੀਂ ਦੈਥ ਬਰੰਟ ਫੜਾ ਦਿੰਦੇ ਆ। ਸਾਨੂੰ ਟਾਈਮ ਪਰ ਖੰਡੇ ਬਾਟੇ ਦੀ ਜ਼ੁਲਮਾਂ ਨੂੰ ਜੜੋਂ ਮਟਾ ਦਿੰਦੇ ਆ। ਸਾਨੂੰ ਟਾਈਮ ਪਰ ਖੰਡੇ ਬਾਟੇ ਦੀ ਅਸੀਂ ਜ਼ੁਲਮ ਨੂੰ ਜੜੋਂ ਮਟਾ ਦਿੰਦੇ ਆ। ਸਾਨੂੰ ਟਾਈਮ ਪਰ ਖੰਡੇ ਬਾਟੇ ਦੀ ਅਸੀਂ ਜ਼ੁਲਮ ਨੂੰ ਜੜੋਂ ਮਟਾ ਦਿੰਦੇ ਆ। ਗੁਰਮੁਖ ਪਿਆਰਿਓ, ਗੁਰੂ ਮਹਾਰਾਜ ਦੇ ਅੰਮ੍ਰਿਤ ਦੇ ਵਿੱਚ ਇੰਨੀ ਸ਼ਕਤੀ ਆ ਕਿ ਭਾਈ ਬਚਿੱਤਰ ਸਿੰਘ ਵਰਗਿਆਂ ਨੇ ਹਾਥੀ ਦਾ ਮੂੰਹ ਮੋੜਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਜ਼ੁਲਮਾਂ ਨੂੰ ਸੋਧਾ ਲਾਇਆ। ਸੋ ਗੁਰਮੁਖ ਪਿਆਰਿਓ, ਖੰਡੇ ਬਾਟੇ ਦੀ ਅੰਮ੍ਰਿਤ ਛਕੋ ਤਾਂ ਕਿ ਅਸੀਂ ਉਸ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਅਤੇ ਪੁੱਤਰੀਆਂ ਬਣ ਸਕੀਏ। ਸੋ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਇੰਨਾ ਕੁਝ ਬੋਲਦੇ ਹੋਏ ਖੇਮਾਂ ਦੇ ਜਾ ਚੁੱਕਾ। ਸਾਰੀਆਂ ਸੰਗਤਾਂ ਦੋਏ ਹੱਥ ਜੋੜ ਕੇ ਫਤਿਹ ਬੁਲਾਓ ਜੀ, ਬੋਲੋ ਜੀ ਸਾਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।